ਮੈਂ ਕਿਹਾ ਜੀ ਆਹ ਪਿਆਰ ਦੇਣਾ ਉਹ ਵੀ ਆਪਣੇ ਵਰਗਾ ਫੱਕਰ ਹੀ ਹੈ ਕਹਿੰਦਾ ਚੱਕ ਦੇ ਮੈਨੂੰ ਵਧੀਆ ਲੱਗਿਆ ਬਗਾ 4 ਫਰਵਰੀ ਤਾਂ ਛੁੱਟੀ ਹੈ ਜੀ ਆਹ 4 ਫਰਵਰੀ ਗੁਰਦੁਆਰਾ ਦੇ ਨਾਲ ਛੁੱਟੀ ਹੈ ਮੈਂ ਕਿਹਾ 4 ਫਰਵਰੀ 2018 4 ਫਰਵਰੀ 2019 4 ਫਰਵਰੀ 2020 4 ਫਰਵਰੀ 2021 4 ਫਰਵਰੀ 2022 4 ਸਾਲ 5 ਸਾਲ ਸਰਕਾਰ ਹੁੰਦੀ ਹੈ ਮੈਂ ਕਿਹਾ 4 ਫਰਵਰੀ ਨੂੰ ਪੰਜਾਬੀ ਦੇ ਪੰਜਾਬ ਦੇ ਆਜ਼ਾਦੀ ਦਾ ਦਿਨ ਡਿਕਲੇਅਰ ਕਰਕੇ ਛੁੱਟੀ ਤੈਅ ਕਰਾਂਗੇ 4 ਫਰਵਰੀ ਦੀ ਨਾਲੇ ਸਿਲੇਬਸ ਚ ਲਾ ਦਾਂਗੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਪੇਪਰ ਚ ਆਇਆ ਕਰੂ ਸਵਾਲ ਕਿ ਬਾਦਲਾਂ ਦੇ ਗੋਡੇ ਰਾਜ ਤੋਂ ਸੇਖੋਂ ਹੋਣਾ ਦੇ ਪਰਚਾ ਰਾਜ ਤੋਂ ਅੰਗਜੀਠੀਆਂ ਦੇ ਚਿੱਟੇ ਰਾਜ ਤੋਂ ਤੇ ਕਾਂਗਰਸੀਆਂ ਦੇ ਮਿਲੀ ਭੁਗਤ ਵਾਲੇ ਰਾਜ ਤੋਂ ਪੰਜਾਬ ਦਾ ਛੁਟਕਾਰਾ ਕਦੋਂ ਹੋਇਆ ਸਹੀ ਉੱਤਰ 4 ਫਰਵਰੀ 2017 ਵੈਰੀ ਗੁੱਡ 5 ਨੰਬਰ ਨਾਲੇ ਉਹ ਵੀ ਛਾਪ ਲਾਂਗੇ ਹੱਥ ਆ ਵੈਰੀ ਵੈਰੀ ਇੰਪੋਰਟੈਂਟ ਵਾਲਾ ਉਹਦਾ ਵੀ ਆਉਣਾ ਹੀ ਆਉਣਾ ਤਾਂ ਯਾਦ ਕਰ ਲਓ ਇਹਦੇ ਤਾਂ 5 ਨੰਬਰ ਪੱਕੀ ਨੇ ਇਹ 5 ਨੰਬਰ ਪੱਕੇ ਨੇ ਸੋ ਵੀਰੋ 11 ਮਾਰਚ ਨੂੰ 11 ਵਜੇ ਤੱਕ ਤੁਹਾਡੀ ਸਰਕਾਰ ਬਣ ਜੂਗੀ 11 ਵਜੇ ਤੱਕ 11 ਵੀ ਮੈਂ ਬੰਦ ਕਹਿ ਰਿਹਾ ਡੇਢ ਦੋ ਘੰਟੇ ਚ ਕੰਮ ਨਿਬੜ ਜੂ 8 ਵਜੇ ਗਿਣਤੀ ਸ਼ੁਰੂ 9:15 9:30 ਤੱਕ ਨਿਬੜ ਜੂ ਕੰਮ ਕਿਉਂਕਿ ਟਾਈਮ ਘੱਟ ਇਸ ਲਈ ਲੱਗੂਗਾ ਇੱਕ ਪਾਸੇ ਵਾਲੀ ਵੋਟਾਂ ਗਈਆਂ ਦੂਜੇ ਪਾਸੇ ਤਾਂ ਪਤੀਲੇ ਖਾਲੀ ਨੇ ਆਪਣਾ ਮਾਨੂ ਸਾਹਿਬ ਨੰਬਰ ਕਿੰਨੇ ਉੱਤੇ ਮਸ਼ੀਨ ਤੇ ਕਿੰਨੇ ਵਾਲਾ ਨੰਬਰ ਹੈ ਆਪਣਾ ਨਹੀਂ ਜੀ ਨੰਬਰ ਜਿਹੜਾ ਇੱਕ ਪਹਿਲਾ ਦੂਜਾ ਤੀਜਾ ਚੌਥਾ ਬਟਨ ਦੂਜਾ ਦੂਜੇ ਨੰਬਰ ਦਾ ਇਸ ਵਾਰ ਨਵੀਆਂ ਮਸ਼ੀਨਾਂ ਨੇ ਫੋਟੋ ਵੀ ਲੱਗੀ ਹੋਊਗੀ ਫੋਟੋ ਲੱਗੂਗੀ ਸਾਰੇ ਉਮੀਦਵਾਰਾਂ ਦੀ ਪਹਿਲੇ ਨੰਬਰ ਤੇ ਅੱਛਾ ਜੀ ਤੇ ਦੂਜੇ ਨੰਬਰ ਤੇ ਉਹਨਾਂ ਦਾ ਸੇਖੋ ਲੱਗੇ ਨੰਬਰ ਉਹਦਾ ਫਿਰ ਚੱਲ ਥੱਲੇ ਹੀ ਰਹਿੰਦਾ ਪਹਿਲੇ ਹੁਣ ਤੱਕ ਜਾਣੇ ਨਹੀਂ ਫੋਟੋ ਲੱਗੀ ਹੈ ਫੋਟੋ ਦੇਖ ਕੇ ਬਟਨ ਦੱਬੜਿਆ ਝਾੜੂ ਵਾਲਾ ਦੂਜੇ ਨੰਬਰ ਦਾ ਇਹਨਾਂ ਦੀ ਅਕਾਲੀ ਦਲ ਦਾ ਫੋਟੋ ਨਾ ਦੇਖਿਓ ਉਹਦੇ ਨਾਲ ਕਾਲਾ ਮੋਤੀ ਉੱਤਰਿਆ ਉਹਦੇ ਪੱਖਾਂ ਚ ਜਦੋਂ ਬਟਨ ਦੱਬੋਗੇ ਦੋ ਨੰਬਰ ਵਾਲਾ ਬਟਨ ਜਦੋਂ ਦੱਬੋਗੇ ਤਾਂ ਇੱਕ ਆਵਾਜ਼ ਆਊਗੀ ਟੀ ਫਿਰ ਆਊਗੀ ਇੱਕ ਚੀਜ਼ ਜੀ ਵਾਰ ਬਜੂਗੀ ਟੀ ਇਹ ਮਸ਼ੀਨ ਦੀਆਂ ਨਹੀਂ ਇਹ ਅਕਾਲੀ ਦਲ ਤੇ ਕਾਂਗਰਸੀਆਂ ਦੀਆਂ ਚੀਕਾਂ ਹੋਣਗੀਆਂ ਇਹਨਾਂ ਨੇ ਸਾਡੀਆਂ ਚੀਜ਼ਾਂ ਕਢਾਈਆਂ 10 ਸਾਲ 4 ਫਰਵਰੀ ਨੂੰ ਸਾਰੀਆਂ ਇਕੱਠੀਆਂ ਦੇ ਬਦਲਾ ਲੈ ਲਿਓ ਹਾਂ ਸੋ ਵੀਰੋ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਵਾਂਗੇ ਵਪਾਰੀਆਂ ਦੇ ਵਪਾਰ ਨੂੰ ਬਚਾਵਾਂਗੇ ਤੇ ਵਧਾਵਾਂਗੇ ਮੌਕਾ ਦੇਵਾਂਗੇ ਵਪਾਰ ਕਰਨ ਦਾ ਦਿੱਲੀ ਦੇ ਵਪਾਰੀਆਂ ਨੂੰ ਜਾ ਕੇ ਪੁੱਛ ਲਓ ਵੈਟ ਦਾ ਰੇਟ ਘਟਾ ਤਾ 12% ਤੋਂ 5% ਤੇ ਲਿਆਏ 12.5% ਤੋਂ ਤੇ ਉਹਦੇ ਨਾਲ ਕਲੈਕਸ਼ਨ ਵੱਧ ਗਈ ਸਰਕਾਰ ਦੀ ਵਪਾਰੀ ਕਹਿੰਦਾ ਮੈਨੂੰ ਇੰਸਪੈਕਟਰ ਤੰਗ ਨਾ ਕਰੇ ਮੈਨੂੰ ਕੰਮ ਕਰ ਲੈਣਗੇ ਬਸ ਮੈਂ ਮਾਲ ਦਾ ਮੈਂ ਟੈਕਸ ਦੇ ਦੂੰਗਾ ਵਪਾਰੀਆਂ ਦੇ ਕੰਮਾਂ 'ਚ ਸਭ ਆਉਂਦੇ ਆ ਇੰਸਪੈਕਟਰ ਭੇਜ ਦਿੰਦੇ ਆ ਛੋਟਾ ਦੁਕਾਨਦਾਰ ਮਾਰਤਾ ਵੱਡੇ ਮਾਰ ਤੇ ਹਿੱਸਾ ਮੰਗਦੇ ਹਰ ਗੱਲ 'ਚ ਵਪਾਰੀਆਂ ਨੂੰ ਬਚਾਉਣਾ ਹੈ ਦਲਿਤਾਂ ਨੂੰ ਇੱਜ਼ਤ ਦਵਾਉਣੀ ਹੈ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਹੈ ਘਰਾਂ 'ਚੋਂ ਗਰੀਬੀਆਂ ਚੱਕਣੀਆਂ ਉੱਥੇ ਖੜੇ ਆ ਉੱਥੇ ਜ਼ਿੰਦਗੀ ਲੰਘਦੀ ਦਿਹਾੜੀਆਂ ਕਰਦੇ ਆ ਜੀ ਮੈਂ ਵੀ ਜ਼ਿਮੀਂਦਾਰਾਂ ਦਾ ਮੁੰਡਾ ਮੈਂ ਵੀ ਦਿਹਾੜੀਆਂ ਪੁੱਛਣ ਜਾਂਦਾ ਰਿਹਾ ਖੇਤ ਵਾਸਤੇ ਪਿੰਡ ਕਣਕ ਵੱਢਣ ਵਾਸਤੇ ਨਰਮਾ ਚੁਗਣ ਵਾਸਤੇ ਜੀਰੀ ਲਾਉਣ ਵਾਸਤੇ ਉਹ ਮੈਂ ਸਾਡੇ ਚਾਚੇ ਤਾਈਆਂ ਨੇ ਉਹਨਾਂ ਦੇ ਘਰ ਨੇ ਉਹ ਸੋ ਵੀਰੋ ਉਹੀ ਨਕਸ਼ੇ ਨੇ ਜੇ ਚੁੱਲ੍ਹਾ ਤਾਂ ਅੱਗ ਨੀ ਅੱਗੇ ਤਾਂ ਤਵਾ ਨੀ ਤਵਾ ਤਾਂ ਪ੍ਰਾਂਤ ਨੀ ਪ੍ਰਾਂਤ ਤਾਂ ਆਟਾ ਨੀ ਜੇ ਕਮਰਾ ਤਾਂ ਛੱਤ ਨੀ ਛੱਤਾਂ ਤਾਂ ਮੰਜਾ ਨੀ ਮੰਜਾ ਤਾਂ ਬਿਸਤਰਾ ਨੀ ਬਿਸਤਰਾ ਤਾਂ ਰਜਾਈ ਨੀ ਰਜਾਈ ਤਾਂ ਲੋਕਰ ਨੀ ਆਹੀ ਇੱਥੇ ਪਈ ਜਾਂਦੇ ਬਸ ਤੇ ਹਸਰਤ ਲੱਗ ਰਹੀ ਇਹ ਗਰੀਬੀਆਂ ਨੇ ਇਹ ਫਿਰਦੇ ਹੈਲੀਕਾਪਟਰਾਂ ਚ ਇਹਨਾਂ ਨੂੰ ਕੋਈ ਫਿਕਰ ਫਾਕੇ ਨੀ ਫਿਰਦੇ ਰਹਿੰਦੇ ਆ ਉਹਨੂੰ ਸੁਣੋ ਪਾਪਾ ਦਾ ਉਹ ਕਹਤਾ ਉਹਨੂੰ ਉਹ ਕਹਨੂੰ ਬਦਲਾਵ ਕਰਤਾ ਉਹਨੂੰ ਆਏ ਕਹਤਾ ਹੁਣ ਪਤਾ ਲੱਗੂਗਾ ਹੁਣ ਇਹਨਾਂ ਨੂੰ ਪਤਾ ਲੱਗ ਜੂਗਾ ਕਿ ਲੋਕ ਵੱਡੇ ਹੁੰਦੇ ਆ ਲੋਕਤੰਤਰ ਚ ਲੀਡਰ ਨਹੀਂ ਵੱਡੇ ਹੁੰਦੇ ਸਭ ਵੱਡੇ ਲੀਡਰਾਂ ਦੀਆਂ ਜਮਾਨਤਾਂ ਜਬਤ ਹੋ ਰਹੀਆਂ ਨੇ ਤੇ ਕੈਪਟਨ ਸਾਹਿਬ ਮੈਂ ਤਾਂ 4 ਦਿਨ ਪਹਿਲਾਂ ਕਹਿੰਦਾ ਸੀ ਨਾ ਕਿ ਲੰਬੀ ਤੋਂ ਲੜੂਗਾ ਦੱਸਦਾ ਸੀ ਨਾ ਮੈਂ 4 ਦਿਨ ਪਹਿਲਾਂ ਹਾਂ ਕਿਉਂਕਿ ਇੰਟੈਲੀਜੈਂਸ ਦੇ ਅਫਸਰ ਮੈਨੂੰ ਦੱਸਣ ਲੱਗੇ ਸਾਰਾ ਕੁਝ ਅਫਸਰ ਨੂੰ ਪਤਾ ਲੱਗ ਗਿਆ ਵੀ ਉਦੋਂ ਦੱਸਣ ਲੱਗੀ ਮੈਂ ਇੱਧਰ ਹੀ ਦੱਸੋ ਹੁਣ ਹਾਂ ਉਹ ਕਹਿੰਦੇ ਮੀਟਿੰਗ ਚੱਲ ਰਹੀ ਹੈ ਦਿੱਲੀ ਇਸ ਵਕਤ ਉਹਦੇ ਵਿੱਚ ਇਹੀ ਡਿਸਕਸ ਹੋ ਰਿਹਾ ਕਿ ਆਪਾਂ ਦੋਨਾਂ ਦੀ
ਆਪਸ ਦੇ ਵਿੱਚ ਜਿਹੜੀ ਹੈਗੀ ਹੈ ਯਾਰੀ ਉਹਦਾ ਪਤਾ ਲੱਗ ਗਿਆ ਲੋਕਾਂ ਨੂੰ ਵੀ ਰਲੇ ਹੋਏ ਆ ਕਿਵੇਂ ਕਰੀਏ ਤਾਂ ਫੈਸਲਾ ਹੋਇਆ ਕਹਿੰਦੇ ਲੰਬੀ ਤੋਂ ਤੂੰ ਕਾਗਜ਼ ਭਰਦੇ ਪਰ ਲੜੀ ਨਾ ਹੈ ਆਪਸ ਰਲੇ ਹੋਏ ਨੇ ਫਿਰ ਪਟਾਲੇ ਤੋਂ ਕਿਉਂ ਲੜ ਰਹੇ ਨੇ ਜੀ ਮੈਂ ਜਵਾਨਾਬਾਦ ਬੁਲਾਈ ਜਾਂਦਾ ਸੀ ਉੱਥੇ ਆ ਜਾਂਦੇ ਆਈ ਨੀ ਪਤਾ ਹੈਗਾ ਨੂੰ ਕਿ ਉਹ ਤਪਕੀ ਜਾ ਲੜ ਰਿਹਾ ਆਪ ਚਾਚੇ ਤਾਏ ਦੇ ਸਾਹਮਣੇ ਆਪਸ ਦੇ ਵਿੱਚ ਰਿਸ਼ਤੇਦਾਰੀਆਂ ਵਿਆਹ ਸ਼ਾਦੀਆਂ ਸਾਡੇ ਸਾਡੇ ਗੰਡਾਸੇ ਚ ਕਰ ਰੱਖੇ ਸੋ ਵੀਰੋ ਅਸੀਂ ਸੁੱਤੇ ਪਏ ਹੁੰਦੇ ਆਪਦੇ ਘਰ ਚ ਖਾਸ ਤੌਰ ਤੇ ਉਹ ਘਰ ਜਿਹੜੇ ਸੜਕ ਤੋਂ ਦਿਸਦੇ ਨੇ ਭਰਾਤੋਂ ਨਾਲ ਸਾਡੇ ਘਰ ਦੀ ਕੰਧ ਲਿਖੇ ਜਾਂਦੇ ਨੇ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਮੈਂ ਕਿਹਾ ਘਰ ਜਾਂਦਾ ਪੁੱਛ ਲੋ ਚਾਹੁੰਦੇ ਨੇ ਕਿ ਨਹੀਂ ਮੈਂ ਦੱਸਦਾ ਕੈਪਟਨ ਸਾਹਿਬ ਚਾਹੁੰਦਾ ਕੀ ਪੰਜਾਬ ਤੁਸੀਂ ਤਾਂ ਪੰਜਾਬ ਚ ਗਏ ਨੀ ਕਦੇ ਬੰਦਾ ਰੋਜ਼ ਪਿੰਡਾਂ ਚ ਰਹਿਣਾ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਹਾਰ ਲਗਾਤਾਰ ਤੀਜੀ ਵਾਰ ਆਹ ਤੂੰ ਬੋਲਿਆ ਦਾ ਹੁਣ ਹਰ ਗੱਲ ਮੇਰੇ ਨਾਲ ਆਉਂਦੇ ਬਾਦਲ ਸਾਹਿਬ ਵੱਡੇ ਬਾਦਲ ਜਾਂ ਜਿਮ ਘਰਦੇ ਹੋਏ ਪੰਜਾਬ ਜਾਂ ਪਾਕਿਸਤਾਨ ਦਾ ਹੱਥ ਹੈ ਜਾਂ ਭਗਵੰਤ ਮਾਨ ਦਾ ਹੱਥ ਹੈ ਤੇ ਤੁਹਾਡੇ ਹੱਥ ਕਿੱਥੇ ਨਹੀਂ ਬਾਦਲ ਸਾਹਿਬ ਸਾਡੇ ਜੇਬਾਂ ਚ ਸੋ ਇਹਨਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਰਿਹਾ ਉਹ ਸੁਖਬੀਰ ਬਾਦਲ ਤਾਂ ਪਹਿਲੀ ਨਹੀਂ ਸੀ ਉਹ ਤਾਂ ਮੰਦਬੁੱਧੀ ਬੱਚਾ ਵਿਚਾਰਾ ਉਹ ਕੁਛ ਵੀ ਬੋਲ ਦਿੰਦਾ ਆ ਪਿੱਛੇ ਕਹਿ ਦਾ ਪੰਜਾਬ ਸਭ ਤੋਂ ਮਾੜੀ ਪਾਰਟੀ ਪਤਾ ਕਿਹੜੀ ਹੈ ਕਹਿੰਦਾ ਗਾਲੀ ਗੱਲ ਆ ਪਹਿਲੀ ਵਾਰ ਸੱਚ ਨਿਕਲਿਆ ਉਹਦੇ ਮੂੰਹ ਚੋਂ ਹਾਂ ਸੋ ਵੀਰੋ ਕੁਛ ਵੀ ਬੋਲ ਦਿੰਦਾ ਹੋ ਉਹਦੇ ਯਕੀਨ ਨਾ ਕਰਿਓ ਆਮ ਆਦਮੀ ਪਾਰਟੀ ਕੋਲੇ ਬਲੂ ਪ੍ਰਿੰਟ ਤਿਆਰ ਪਿਆ 25 ਲੱਖ ਨੌਕਰੀਆਂ ਪੈਦਾ ਕਰਾਂਗੇ ਮੁੰਡੇ ਕੁੜੀਆਂ ਦੇ ਹੱਥਾਂ ਚੋਂ ਟੀਕੇ ਖੋ ਕੇ ਟਿਫਨ ਫੜਾਵਾਂਗੇ ਧਰਤੀ ਕੰਮ ਤੇ ਜਾਓ ਸ਼ਾਮ ਨੂੰ ਘਰੇ ਆਓ ਪਰਿਵਾਰ ਦੇ ਵਿੱਚ ਖੁਸ਼ਹਾਲ ਹੋ ਇਹ ਹੁਣ ਫਾਹ ਫੜਾਉਂਦੇ ਆ ਕਿ ਜਾਂ ਆਮ ਆਦਮੀ ਪਾਰਟੀ ਸਰਕਾਰ ਆ ਗਈ ਆਟਾ ਦਾਲ ਸਕੀਮ ਬੰਦ ਕਰ ਦੇਣ ਕਿਉਂ ਬੰਦ ਕਰਾਂਗੇ ਜੀ ਕਹਿੰਦੇ ਬਿੱਲ ਲਾਉਣਗੇ ਕਿਉਂ ਲਾਵਾਂਗੇ ਜੀ ਅਸੀਂ ਤਾਂ ਸਗੋਂ ਸਰਕਾਰ ਦੀ ਇਨਕਮ ਜੋ ਵੱਧ ਗਈ ਵੱਧ ਸਬਸਿਡੀ ਦੇਵਾਂਗੇ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣਾ ਜੀ ਵੱਧ ਵੱਧ ਸਬਸਿਡੀਆਂ ਹੋਣਗੀਆਂ ਆ ਜਿਹੜੀ ਕਰਪਸ਼ਨਾਂ 'ਚ ਖਾ ਜਾਂਦੇ ਹੋ ਇਹ ਸਾਰੇ ਬੰਦ ਕਰਕੇ ਜਦੋਂ ਪੈਸੇ ਵੱਧ ਗਏ ਲੋਕਾਂ 'ਚ ਹੋਰ ਦੇ ਦਿਓ ਦਿੱਲੀ 'ਚ ਵੀ ਕੀਤਾ 350 ਕਰੋੜ ਰੁਪਇਆ 5 ਕੋੜਾਂ 'ਚੋਂ ਬਚਾ ਲਿਆ ਤਾਂ ਨਵੇਂ ਇੰਜੀਨੀਅਰਾਂ ਨੂੰ ਬੁਲਾ ਕੇ ਕਿ ਡਿਜ਼ਾਇਨ ਹੋਰ ਬਣਾਓ ਪੈਸੇ ਪਚਾਉਣੇ ਨੇ ਜਿਹੜੇ ਪੁਰਾਣੇ ਐਸਟੀਮੇਟ ਸਰਕਾਰਾਂ ਲਾਏ ਸੀ 5 ਕੋੜ ਬਣਾਏ 350 ਕਰੋੜ ਰੁਪਏ ਬਚ ਗਿਆ ਉਹ ਕਿੱਥੇ ਲਾਇਆ ਕੇਜਰੀਵਾਲ ਜੀ ਨੇ ਕੈਬਨਿਟ ਦੀ ਮੀਟਿੰਗ ਬੁਲਾਈ ਕਹਿੰਦੇ ਵੀ 350 ਕਰੋੜ ਬਚ ਗਿਆ ਕਿੱਥੇ ਬਚਦੀਏ ਫੈਸਲਾ ਕੀਤਾ ਗਿਆ ਦਿੱਲੀ ਦੇ ਸਾਰੇ ਸਰਕਾਰੀ ਹਸਪਤਾਲ 'ਚ ਸਾਰੀਆਂ ਦਵਾਈਆਂ ਸਾਰੇ ਇਲਾਜ ਸਾਰੇ ਆਪਰੇਸ਼ਨ ਸਾਰੇ ਟੈਸਟ ਮੁਫਤ ਨੇ ਹੈ ਕਰਾਂਗੇ ਆਟਾ ਦਾਲ ਕਹਿੰਦੇ ਬੰਦ ਕਰ ਦੇਣਗੇ ਗਰੀਬਾਂ ਨੂੰ ਕਰਾਈ ਜਾਂਦੇ ਬਲਕਿ ਅਸੀਂ ਆਟੇ ਦਾਲ ਦੀ ਕੁਆਲਿਟੀ ਸੁਧਾਰਾਂਗੇ ਆਟਾ ਦਾਲ ਵਧੀਆ ਕਿਸਮ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮੰਤਰੀ ਜਿਹੜੇ ਆਟੇ ਦਾਲ ਨਾਲ ਰੋਟੀ ਖਾਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਤੇ ਐਮਐਲਏ ਜਿਹੜੇ ਆਟੇ ਦੇ ਦਾਲ ਨਾਲ ਰੋਟੀ ਖਾਣਗੇ ਤੁਹਾਡੇ ਗਰੀਬਾਂ ਦੇ ਬੱਚੇ ਵੀ ਤੇ ਤੁਸੀਂ ਵੀ ਉਸੇ ਆਟੇ ਦਾਲ ਨਾਲ ਰੋਟੀ ਖਾਓਗੇ ਹੁਣ ਕੀ ਕਰਦੇ ਆ ਗਲੀ ਸਾਰੀ ਕਣਕ ਸੁਸਤੀ ਲੈ ਕੇ ਗਰੀਬਾਂ 'ਚ ਵੱਟ ਦਿੰਦੇ ਆ ਜੀ ਗੱਲ ਸਾਨੂੰ ਕੀੜੇ ਮਕੌੜੇ ਸਮਝਦੇ ਤੁਸੀਂ ਪਹਿਲੇ ਤੁਸੀਂ ਇਨਸਾਨ ਹੋ ਪਰਮਾਤਮਾ ਨੇ ਸਭ ਨੂੰ ਭੇਜਿਆ ਇੱਥੇ ਚੋਗਾ ਲਿਖ ਕੇ ਇਹ ਸਾਡੇ ਭਾਗਿਆ ਵਿਦਾਤਾ ਬਣ ਗਏ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਜਿਹੜਾ ਦੁੱਖ ਦਿੰਦਾ ਉਹ ਹੌਸਲਾ ਵੀ ਦਿੰਦਾ ਹੈ ਸੋ ਹੁਣ ਇਹਨਾਂ ਦਾ ਅੰਤ ਹੋ ਗਿਆ ਹੁਣ ਤੁਸੀਂ ਕਾਇਮ ਰਹੋ ਬਸ ਵੈਸੇ ਤਾਂ ਮੈਨੂੰ ਪਤਾ ਹੈ ਫੈਸਲਾ ਤਾਂ ਤੁਸੀਂ ਕਰੀ ਬੈਠੇ ਹੋ ਹੁਣ ਤਾਂ ਉਹੀ ਨਜ਼ਾਰੇ ਜੀ ਲੈਣੇ ਫਿਰਦੇ ਹੋ ਹਾਂ ਉਹੀ ਬਸ ਗਲੀ ਨਾਲ ਉਹ ਜਾਇਆ ਵਾਂ ਉੱਥੇ ਨੰਦਾ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਹੁੰਦੀ ਹੁਣ ਤਾਂ ਜਿਹੜਾ ਫੈਸਲਾ ਕਰ ਲਿਆ ਹੁਣ ਨਹੀਂ ਤੁਹਾਨੂੰ ਕੋਈ ਬਦਲ ਸਕਦਾ ਨੰਦਾ ਤੇ ਕੁੜੀ ਨੂੰ ਸਿੱਖਿਆ ਦੇਣ ਲੱਗ ਜਾਂਦੀਆਂ ਇਹਦੇ ਭੈਣਾਂ ਜਾਂ ਸਹੇਲੀਆਂ ਨੰਦ ਕਰਨੇ ਤੋਂ ਬਾਅਦ ਸਹੁਰੇ ਨੂੰ ਬਾਪ ਸਮਝੀ ਤੜਕੇ ਉੱਠ ਕੇ ਸੱਸ ਨੇ ਪੈਰੀ ਹੱਥ ਲਾਈ ਪੈਣੇ ਇਹਦੇ ਨਾਲ ਉਹਦਾ ਸੁਭਾਅ ਨਹੀਂ ਬਦਲਦਾ ਜੇ ਉਹਨੇ ਗੁੱਤ ਪੱਟਣੀ ਹੋ ਤਾਂ ਜਾਂਦੀ ਹੋਈ ਪੱਟ ਦੋ ਜਹਾਜ਼ ਹੁੰਦਾ ਸੁਭਾਅ ਨੰਦਾ ਦਿਲ ਕੇ ਬਦਲ ਦੋਗੇ ਤੁਸੀਂ ਸੋ ਫਿਰ ਝਾੜੂ ਦਾ ਚੋਣ ਨਿਸ਼ਾਨ ਹੈ ਤੇ ਜਲਾਲਾਬਾਦ ਥੋੜੇ ਜਲਾਲਾਬਾਦ ਦਾ ਵੀ ਸਿੱਧਾ ਪ੍ਰਸਾਦ ਸੁਣਾ ਦਿੰਦਾ ਗੱਲ ਉੱਧਰ ਹੀ ਆਇਆ ਉੱਥੇ ਤਾਂ ਹਾਲਾਤ ਇਹ ਨੇ ਕਿ ਹੋ ਸਕਦਾ 80,000 ਤੇ ਹੋ ਸਕਦਾ 90 ਤੇ ਹੋ ਸਕਦਾ 1,00,000 ਦੀ ਹਾਰ ਜੇ ਉੱਥੇ ਤਾਂ ਲੋਕ ਇੱਕ ਪਾਸੇ ਕਰਦੇ ਆ ਫਿਰ ਇੱਕ ਪਾਸੇ ਹੁੰਦਾ ਉੱਥੇ ਤਾਂ
ਸੋ ਇਸ ਕਰਕੇ ਵੀਰੋ ਸਾਰਾ ਕੁਛ ਵੇਚਤਾ, ਮੁਲਾਜ਼ਮਾਂ ਨੂੰ ਤਨਖਾਹ ਦੇਣ ਨੂੰ ਪੈਸਾ ਹੈ, ਤਿੰਨ ਜਿਹੜਾ ਗਹਿਣੇ ਰੱਖਤੀਆਂ ਬੈਂਕ ਆਫ ਬੜੌਦਾ ਚ ਪੈਸੇ ਲੈਣੇ ਕਿ ਪੈਸੇ ਦੇ ਦੋ ਗਹਿਣੇ ਰੱਖ ਲੈਂਦੇ ਆ ਤਨਖਾਹ ਦੇ ਲਈ, ਜੇ ਵੋਟਾਂ ਮਿਲ ਕੇ ਦਿਲਾਉਣਾ ਨਾ ਪਈ ਤਨਖਾਹ ਨਹੀਂ ਦਿੱਤੀ ਜਾਂਦੀ। ਜਲੰਧਰ ਵਾਲਾ ਵਿਧਵਾ ਆਸ਼ਰਮ ਵੇਚਤਾ, ਹੋਰ ਤਾਂ ਹੋਰ ਅੰਮ੍ਰਿਤਸਰ ਵਾਲਾ ਮੈਂਟਲ ਹਾਸਪਿਟਲ ਪਾਗਲਾਂ ਦਾ ਹਸਪਤਾਲ ਵੇਚਤਾ। ਸੰਤਾਂ ਫਿਕਰ ਲੱਗਿਆ ਪਿਆ 11 ਮਾਰਚ ਨੂੰ ਹਾਰਨ ਤੋਂ ਬਾਅਦ ਕਾਂਗਰਸੀ ਤੇ ਅਕਾਲੀ ਜਦੋਂ ਪਾਗਲ ਹੋਣਗੇ ਰੱਖਾਂ ਕਿੱਥੇ ਇਹਨਾਂ ਨੂੰ ਯਾਰ, ਹੋਰ ਸਟੇਟਾਂ ਨੇ ਤਾਂ ਲੈਣੇ ਨੇ ਭਾਈ, ਤੁਸੀਂ ਕੀਤੇ ਨੇ ਆਪਣੇ ਨੂੰ ਤੁਸੀਂ ਰੱਖੋ, ਕੋਈ ਕਰਜ਼ਾ ਕੋਈ ਸਕੀਮ ਲਾਵਾਂਗੇ ਹਰੇਕ ਪਿੰਡ ਨੂੰ ਦੋ ਦੋ ਦੇ ਦਾਂਗੇ ਵੀ ਭਾਈ ਆਪਦਾ ਸਾਹਿਬ ਦੋ ਜਾਣ ਤੇ ਪਾਗਲ ਚ ਮੰਨ ਲਿਓ ਰੋਟੀ ਰੋਟੀ ਦੇ ਦਿਆ ਕਰੋ, ਵੋਟ ਕੀ ਹੈ ਯਾਦ ਕਰਾਇਆ ਕਰ, ਕਿਉਂ ਖਾਂਦਾ ਸੀ ਨਾ ਸਾਡੇ ਨਾਲੇ ਯਾਦ ਕਰਾ ਲਿਆ ਕਰੋ। ਉਹ ਉਧਰ ਕੋਈ ਵੋਟਾਂ ਵੋਟਾਂ ਐ ਹੋਣ ਗਏ, ਰਿਆਸਤਾਂ ਬਣਾ ਲਈਆਂ ਰਿਆਸਤਾਂ, ਪਹਿਲਾਂ ਹੁੰਦੀਆਂ ਸੀ ਨਾਭਾ ਰਿਆਸਤ, ਪਟਿਆਲਾ ਰਿਆਸਤ, ਫਰੀਦਕੋਟ ਰਿਆਸਤ, ਕਪੂਰਥਲਾ ਰਿਆਸਤਾਂ ਹੁੰਦੀਆਂ ਸੀ, ਹੁਣ ਇਹਨਾਂ ਦੀਆਂ ਨੇ ਮਲੂਕਾ ਰਿਆਸਤ, ਭੂੰਦੜ ਰਿਆਸਤ, ਢੀਂਡਸਾ ਰਿਆਸਤ, ਭੱਠਲ ਰਿਆਸਤ, ਲੰਗਾਹ ਰਿਆਸਤ, ਕੈਲੋ ਰਿਆਸਤ, ਮਜੀਠਾ, ਇਹ ਰਿਆਸਤਾਂ ਬਣਾ ਲਈਆਂ, ਸੇਖੋ ਰਿਆਸਤ, ਹਾਂ ਇਹ ਰਿਆਸਤਾਂ ਬਣਾ ਲਈਆਂ। ਸੋ ਵੀਰੋ ਇਕੱਠੇ ਨਹੀਂ ਹੋਵਾਂ, ਏਕਾ ਰੱਖਿਓ, ਮੈਂ ਨਹੀਂ ਸੌਂਦਾ ਦਿਨ ਰਾਤ, ਮੇਰੀਆਂ ਪਿਛਲੇ 65 ਦਿਨਾਂ 'ਚ 20 ਨਵੰਬਰ ਤੋਂ ਲੈ ਕੇ ਅੱਜ ਤੱਕ ਮੈਂ ਲੈਂਦਾ 160-170 ਰੈਲੀਆਂ ਹੋ ਗਈਆਂ। ਅੱਜ ਪੱਖਾਂ ਤੇ ਕਾਲੀਆਂ ਹੋ ਗਈਆਂ, ਕਹਿੰਦੇ ਡਾਕਟਰ ਕਹਿੰਦੇ ਵੀ ਨੀਂਦ, ਮੈਂ ਕਿਹਾ ਇਹੀ ਤਾਂ ਆਉਂਦੀ ਨਹੀਂ, ਜਿਹੜੀ 2-3 ਘੰਟੇ ਆਉਂਦੀ ਆ ਉਹ ਕਿਹੜੀ ਨੀਂਦ, ਸੁਪਨੇ 'ਚ ਮਜੀਠੀ ਨਾਲ ਹੀ ਪੰਗਾ ਪਿਆ ਰਹਿੰਦਾ, ਕਦੇ ਉਹ ਮੇਰੇ ਮਗਰ ਪਿਆ ਹੁੰਦਾ, ਕਦੇ ਮੈਂ ਉਹਦੇ ਮਗਰ ਪਿਆ ਹੁੰਦਾ, ਇੱਕ ਸਿਆਪਾ ਹੋਰ ਸੁਪਨੇ 'ਚ ਭੱਜਿਆ ਨਹੀਂ ਜਾਂਦਾ,